ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਚਾਲ ਨੇ? ਤੁਹਾਡਾ ਮੇਜ਼ਬਾਨ ਰਿਆਜ਼ ਅਹਿਮਦ, ਤੁਸੀਂ ਇੱਕ ਸੋਹਣਾ ਪੰਜਾਬ ਟੀ ਵੀ ਤੁਹਾਡਾ ਸੱਚੇ ਤੇ ਅਨਮੋਲ ਤੋਂ ਵੀ ਲੈ ਕੇ ਆਉਂਦਾ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕਨ ਦਾ ਬਟਨ ਦਬਾਓ, ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਸਾਂ ਨਹੀਂ ਪਹੁੰਚਦਾ ਹੋਵੇ। ਮੇਰੇ ਸੱਜੇ ਪਾਸੇ ਖੱਬੇ ਪਾਸੇ ਦੋ ਮੱਝਾਂ ਆਈਆਂ, ਕਿਉਂ ਨਹੀਂ ਜੀਆਂ ਲੈਣਾ ਦੇਵਾਂ ਕਮਰਾਂ ਦਾ, ਤਾਂ ਸਮੀਆਂ ਕਰੋ ਕਮਰਾਮੈਨ ਸਾਹਿਬ। ਮੈਂ ਨੰਬਰ ਇੱਕ ਜਿਹੜੀ ਪਹਿਲਾਂ ਝੋਟੀ ਮਾਸ਼ਾਲਾ ਖੱਬੇ ਦੇ ਬਹਾਨੇ ਲਾਈ ਖੜੀਏ, ਮੁੱਤ ਦਾ ਥਣ ਲੱਗਿਆ, ਤਸਲੀਆਂ ਕਰਾ ਦਿੰਦੇ ਹਾਂ, ਕਿਸੇ ਕਿਸਮ ਦਾ ਸ਼ੱਕ ਨਾ ਰਹੇ। ਸੋਹਣਾ ਪੰਜਾਬ ਟੀ ਵੀ ਇਨਸ਼ਾਅੱਲਾ ਪਿਓ ਨੀਲੀ ਦੇ ਨਾਲ ਮਿਲਦੇ ਨੇ ਮਾਸ਼ਾਅੱਲਾ। ਥਣ ਬੜਾ ਪਿਆਰਾ ਲੱਗਿਆ, ਗਿੱਠ ਗਿੱਠ ਕੇ ਮਿਲਾਂ ਨੇ, ਤਸਲੀਆਂ ਜੇ ਕਰਾਂ ਵੀ ਕਿਸੇ ਕਿਸਮ ਦਾ ਸ਼ੱਕ ਨਾ ਰਹਿ ਜਾਵੇ ਆਪਣੇ ਸੱਜਣਾਂ ਅਤੇ ਵੀਰਾਂ ਨੂੰ। ਬਸ ਅਹਿਸਾਸ ਕਿੰਗਰੀਆ ਸਿੰਘ ਮਾਸ਼ਾਅੱਲਾ ਲੱਗਿਆ, ਚਿੱਟੀਆਂ ਅੱਖਾਂ ਨੇ ਬਲਬਰੰਗੀਆਂ ਮਾਸ਼ਾਅੱਲਾ। ਪਿਓ ਨੀਲੀ ਦੀ ਮੱਝ ਹੈ, ਇਹ ਸੂਈ ਜਾਂ ਸੋਹਣਾ ਜੀ ਭਾਅ ਤੋਂ ਪੁੱਛਾਂਗੇ, ਜੋ ਮਾਮਲਾਤ ਨੇ ਸਾਰੇ ਮਾਸ਼ਾਅੱਲਾ। ਬੜੀ ਲੰਬਾਈ ਮੱਝ ਜੀ ਮਾਸ਼ਾਅੱਲਾ, ਕੱਦ ਚੰਗਾ, ਬਿਲਕੁਲ ਬਰੀਕ ਮੱਝ ਹੈ, ਤਸਲੀਆਂ ਦੀਆਂ ਕਰਾ ਦਿਓ ਜੀ, ਕਿਸੇ ਕਿਸਮ ਦਾ ਸ਼ੱਕ ਨਾ ਰਹੇ। ਤਸਲੀਆਂ ਕਰਾਓ ਜੀ ਕੈਮਰਾਮੈਨ ਸਾਹਿਬ, ਮਾਸ਼ਾਅੱਲਾ ਮੁੱਠ ਮੁੱਠ ਥਾਣ ਲੱਗਿਆ, ਪਹਿਲਣ ਝੋਟੀ ਹੈ ਅਤੇ ਲੈਣਾ ਦੇਣਾ ਕਦਰਾਂ ਦਾ ਮਾਸ਼ਾਅੱਲਾ। ਬੜੀ ਖੂਬਸੂਰਤ ਅਤੇ ਚਿੱਟੀਆਂ ਅੱਖਾਂ ਨੇ ਮਾਸ਼ਾਅੱਲਾ, ਅਤੇ ਮੁੱਠ ਮੁੱਠ ਦਾ ਥਾਣ ਲੱਗਿਆ, ਥੱਲੋ ਸਾਹਿਬ ਥਾਂ ਸਾਹਿਬ ਥੱਲੇ ਕੈਮਰਾਮੈਨ ਸਾਹਿਬ ਆਪਣੀ ਘਰ ਦੀ ਹੈ। ਹਾਂਜੀ ਘਰ ਦੀ ਹੈ। ਠੀਕ ਹੋ ਗਿਆ ਜੀ, ਤੇ ਮੱਝ ਜਿਹੜੀ ਕਿੰਨੇ ਦਾ ਸੂਈ ਨੇ ਇਹਨੂੰ? ਕਿਹੜਾ ਉਹ ਬੁਰਾ ਬੱਚਾ, ਇਹਨੂੰ ਮਹੀਨਾ ਹੋ ਗਿਆ ਜੀ ਸੂਈ ਨੂੰ। ਮਹੀਨਾ ਹੋ ਗਿਆ ਸੂਈ ਨੂੰ? ਹਾਂਜੀ ਸੂਈ ਦੇ ਥਾਂ ਆਹ ਬੱਚਾ ਜੀ, ਇਹਦਾ ਬੱਚਾ ਹੋ ਗਿਆ। ਹਾਂਜੀ ਆਹ ਮਹੀਨਾ ਹੋ ਗਿਆ ਭਾਈ, ਇਹਦੇ ਕਹਿੰਦੇ ਨੇ ਸੂਈ ਨੂੰ। ਠੀਕ ਹੈ, ਬੁਰਾ ਬੱਚਾ ਅਤੇ ਕਾਲਾ ਕਿਉਂ ਦਿੱਤਾ ਇਹਨੇ? ਪਤਾ ਨਹੀਂ, ਉਹਦੀ ਮਾਲੀ ਹੋਣਾ ਉੱਦਾਂ ਦਾ। ਅੱਛਾ ਬੁਰਾ ਬੱਚਾ ਜੀ, ਅਤੇ ਮੈਂ ਨਹੀਂ ਖਾਓ, ਇਹ ਮਹੀਨਾ ਹੋ ਗਿਆ ਪੂਰਾ ਸੂਏ ਦੀ। ਠੀਕ ਹੋ ਗਿਆ, ਇਹ ਘਰ ਦੀ ਮੱਝ? ਘਰ ਦੀ ਮੱਝ। ਖਾਣ ਵਿੱਚ ਵਾਧਾ ਘਾਟਾ? ਕੋਈ ਭਾਰ ਛੱਡਾ ਹੋਵੇ ਮੱਝ ਮੇਰੀ, ਡੇਢ ਹੋ ਗਿਆ ਮੇਰੇ ਹਿਸਾਬ ਚ। ਹਾਂਜੀ, ਮੱਝ ਜਿਹੜੀ ਕਿੰਨੇ ਮਹੀਨੇ ਮਿਲੇਗੀ ਹੋਰ ਤਕਰੀਬਨ? ਯਾਰ ਗੱਬਨ ਛਿਆਂ ਸੱਤਾਂ ਮਹੀਨਿਆਂ ਦੀ ਹੋਊਗੀ ਨਾ। ਹਾਂ, ਉਨੀ ਦੇਰ ਤੱਕ ਦੁੱਧ ਗਰੰਟੀ ਦੇਵੇਗਾ? ਗਰੰਟੀ ਦੇਵੇਗਾ। ਠੀਕ ਹੋ, ਮਿਲਦੀ ਰਹੇ? ਮਿਲਦੀ ਰਹੇ। ਪਿਓ ਨੀਲੀ ਦੀ? ਪਿਓਰ ਨੀਲੀ ਦੀ ਆ। ਅੱਛਾ ਮਾਸ਼ਾਅੱਲਾ, ਅਤੇ ਲੰਬਾਈਆਂ ਚੰਗੀਆਂ ਨੇ। ਪਿਓ ਨੀਲੀ ਦਾ ਜਾਨਵਰ ਹੈ, ਇੱਕੋ ਦੀ ਪਛਾਣ ਕਰਨੀ ਤੁਸੀਂ, ਮੁੱਠ ਮੁੱਠ ਦਾ ਥਣ ਲੱਗਿਆ, ਲੈਣਾ ਦੇਣਾ ਕਦਰਾਂ ਦਾ, ਚਿੱਟੀਆਂ ਅੱਖਾਂ ਨੇ ਬਲ ਬਰੰਗੀਆਂ। ਇਹ ਕੈਮਰਾਮੈਨ ਸਾਹਿਬ ਥੱਲੀਏ ਕਰਾਓ, ਸਿੰਘ ਮਾਸ਼ਾਅੱਲਾ ਕਿੰਗਰੀ ਵਾਲਾ, ਫੁੱਲ ਵਾਲਾ ਸਿੰਘ ਹੈ ਮਾਸ਼ਾਅੱਲਾ, ਪਤਲੀ ਬੂਥੀ ਮਾਸ਼ਾਅੱਲਾ, ਮਾਝ ਜੀ ਨਿੱਕੇ ਨਿੱਕੇ ਪੈਰ ਨੇ, ਸਲੀਏ ਨੇ ਕਿਹਾ ਇਹਦਾ ਮੁੱਲ ਕੀ ਨਾ, ਪੱਕਾ ਇਹ ਗੱਲ ਕਰੀ ਪਿਆਰ ਮੁਹੱਬਤ ਵਾਲੀ। ਮੁੱਲ ਤਾਂ ਭਾਵੇਂ ਇਹਦਾ 5 ਕਰੀ ਜਾਓ ਭਾਵੇਂ 6 ਕਰੀ ਜਾਓ, ਪੱਕਾ ਮੁੱਲ ਇਹਦਾ 3,10,000 ਰੁਪਇਆ। 3,10,000 ਰੁਪਇਆ ਅਤੇ ਮਹੀਨਾ ਹੋ ਗਿਆ ਡੇਢ ਸੂਈ ਨੂੰ? 3,10,000 ਰੁਪਇਆ, ਜ਼ਿਆਦਾ ਨਹੀਂ? ਕੋਈ ਜ਼ਿਆਦਾ ਨਹੀਂ। ਅੱਛਾ, ਕੋਈ ਜ਼ਿਆਦਾ ਨਹੀਂ, ਝੋਟੀ ਵੀ ਤਾਂ ਦੇਖੋ ਗਿੱਠ ਗਿੱਠ ਅਤੇ ਵਿਰਲਾ ਝੋਟੀ ਵੀ। ਅੱਛਾ ਜੀ, ਠੀਕ ਹੋ ਗਿਆ, ਅਤੇ 3,10,000 ਵਿੱਚ ਪਿਆਰ ਮੁਹੱਬਤ ਕਿੰਨਾ ਕਰੇਗਾ? ਯਾਰ ਜਿਹੜਾ ਵੀ ਹੋਇਆ 2,000-4,000 ਦਾ ਕਰ ਲਾਂਗੇ। ਕਰ ਲਵੇਗਾ, ਪੱਕੀ ਗੱਲ ਹੈ? ਕਰ ਲਵਾਂਗੇ। ਅਤੇ ਮਾਸ਼ਾਅੱਲਾ ਥਾਂ ਜਿਹੜੇ ਇੱਥੇ ਰੱਖਦੀ ਹੈ? ਇੱਥੇ ਰੱਖਦੀ ਹੈ। ਪਹਿਲਾਂ ਨੇ? ਪਹਿਲਾਂ ਨਾ, ਪਹਿਲਾਂ ਗਿੱਠ ਗਿੱਠ ਦੀਆਂ ਵਿਰਲਾਂ ਨੇ? ਗਿੱਠ ਗਿੱਠ ਦੀਆਂ ਵਿਰਲਾਂ ਪਹਿਲਾਂ ਮੈਂ। ਠੀਕ ਹੋ ਗਿਆ, ਬਸ ਠੀਕ ਹੋ ਗਿਆ ਜੀ, ਅਤੇ 3,10,000 ਰੁਪਇਆ ਪਿਆਰ ਮੁਹੱਬਤ ਕਰੇਗਾ? ਇਨਸ਼ਾਅੱਲਾ ਜ਼ਰੂਰ ਕਰਾਂਗੇ। ਠੀਕ ਹੋ ਗਿਆ ਜੀ, ਅਤੇ ਮੈਂ ਨੰਬਰ ਜੀ ਦੋ ਹਾਊ ਕੈਮਰਾਮੈਨ ਸਾਹਿਬ, ਇਹ ਪਹਿਲਾਂ ਮਾਸ਼ਾਅੱਲਾ ਘੱਟ ਕਾਲੀ ਮੱਝ ਹੈ ਮਾਸ਼ਾਅੱਲਾ, ਅੱਖਾਂ ਬੜੀਆਂ ਮੋਟੀਆਂ ਨੇ, ਨਿੱਕਾ ਨਿੱਕਾ ਸਿੰਘ ਹੈ, ਲੈਣਾ ਦੇਣਾ ਨਹੀਂ ਲੰਘਦਾ, ਪਹਿਲਾਂ ਨੇ ਜਾਂ ਦੂਜਣੇ, ਇਹ ਵੀ ਭਾਈ ਤੋਂ ਪੁੱਛ ਲਾਂਗੇ ਕੀ ਹਿਸਾਬ ਕਿਤਾਬ ਹੈ, ਸੂਈ ਹੈ ਜਾਂ ਸੋਨਾ ਜੀ ਕੈਮਰਾਮੈਨ ਸਾਹਿਬ। ਮਾਸ਼ਾਅੱਲਾ ਘੱਟ ਕਾਲੀ ਮੱਝ ਹੈ, ਇਹ ਭਾ ਸੂਈ ਹੋਈ ਮੱਝ ਵੀ ਆਪਣੀ? ਹਾਂਜੀ, ਇਹ ਵੀ ਸੂਈ ਹੈ ਜੀ। ਇਹਨੂੰ ਕਿੰਨੇ ਪਹਿਲੇ ਨੇ ਦੂਜਣੇ? ਇਹ ਦੂਜਾ ਸੂਆ ਸੂਈ। ਅੱਛਾ, ਇਹ ਦੂਜਾ ਸੂਈ, ਇਹਦੇ ਮਗਰ ਕੀ? ਇਹਦੇ ਮਗਰ ਕੱਟਾ। ਇਹਦੇ ਮਗਰ ਕੱਟਾ, ਇਹਦਾ ਪਿਆਰ ਮੁਹੱਬਤ ਦਾ ਮੁੱਲ ਕਿੰਨਾ ਪੱਕਾ ਆ ਜਾਏ? ਪੱਕੀਆਂ ਗੱਲਾਂ ਕਰੀ ਜਿਹੜੇ ਨਾ, ਦੁੱਧ ਦੇ ਰੇਟ ਕਿੰਨਾ ਪੱਕਾ ਹੈ ਦੱਸੋ? ਇਹਦਾ 13-14 ਕਿਲੋ ਦੁੱਧ ਖੁੱਲ੍ਹਾ ਹਜੇ, ਮੈਲਾ ਨਹੀਂ ਚੱਲੀ ਮੈਂ। 13-14 ਲੀਟਰ ਦੁੱਧ ਖੁੱਲ੍ਹਾ? ਹਾਂ, ਮੈਲਾ ਨਹੀਂ ਸੁੱਟਿਆ ਮੈਂ, ਇੱਥੇ ਮੈਲਾ ਨਹੀਂ ਸੁੱਟਿਆ ਮੈਂ। ਠੀਕ ਹੋ ਗਿਆ, ਅਤੇ ਮਗਰ ਇਹਦੇ ਕੱਟਾ ਹੈ ਅਤੇ 6-7 ਦਿਨ ਸੂਈ ਨੂੰ? 6-7 ਦਿਨ ਸੂਈ ਨੂੰ? ਹਾਂਜੀ।
ਇਹਦਾ ਮੁੱਲ ਜਿਹੜਾ ਪਿਆਰ ਨੂੰ ਬਦਲ ਪੱਕਾ ਹੈ ਕਿੰਨਾ? ਇਹ ਮੈਂ ਦਿਆਂਗੇ ਤੁਹਾਨੂੰ 370,000 370,000 ਰੁਪਈਆ ਅਤੇ ਵਿੱਚ ਪਿਆਰ ਮੁਹੱਬਤ ਕਿੰਨਾ ਕਰੇਗਾ ਜਿਵੇਂ ਦਾ ਦੇਣੀ ਤਾਂ ਗੱਲਾਂ ਪੱਕੀਆਂ ਕੀਤੀਆਂ ਉਹ ਇਹਨੇ ਕਰ ਲਾਂਗੇ ਪਿਆਰ ਮੁਹੱਬਤ ਜਿਹੜਾ ਕੀ ਹੋਣਾ। ਅੱਛਾ ਜਿਹੜਾ ਕਰ ਲਾਂਗੇ ਨਿਕਾ ਸਿੰਘ ਲੱਗਿਆ ਸਿੱਕਾ ਨੀ ਨੰਗਦਾ ਸਿੰਘ ਚੋਂ ਹਾਂਜੀ ਬਿਲਕੁਲ ਨਿਕਾ ਸਿੰਘ ਸ਼ਾਹ ਕਾਲੀ ਇੱਕ ਰੰਗ ਦੀ ਥੋੜਾ ਚਿੱਟਾ ਪੂਛ ਲੇ ਬਸ ਐਵੇਂ ਤੇ ਇੱਕ ਅੱਡੀ ਦੀ ਮਾਝੇ ਸਨੀਆ ਕਾਲ ਕਮਰਾ ਚੱਕ ਲਵੇ ਇਹ ਕੱਟਾ ਖੜਾ ਇਹ ਕੱਟਾ ਖੜਾ ਮੈਂ ਇਹਦਾ ਇਹ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ 8-9 ਦਿਨ ਹੋ ਗਏ ਹਜੇ ਸੂਈ। ਅੱਛਾ ਇਹਨੂੰ 8-9 ਦਿਨ ਹੋ ਗਏ ਸੂਈ ਨੂੰ, ਠੀਕ ਹੋ ਗਏ ਦਵਾਈ ਵਿਖਾਓ ਅਤੇ ਉਹ ਮੈਂ ਬਾਅਦ 0349-1699-0211 ਵਟਸਐਪ ਨੰਬਰ ਮਿਲਾਂਗੇ ਅਗਲੀ ਵੀਡੀਓ ਚੱਲਾਂਗੇ। ਪਾਕਿਸਤਾਨ ਜ਼ਿੰਦਾਬਾਦ। ਚੱਲ।